ਕਹਿੰਦਾ ਉਹਦਾ ਛੋਟਾ ਭਾਈ ਦੋਏ ਭਾਈ ਨੇ ਵੱਡੇ ਨੂੰ ਚੱਕ ਲਿਆ ਕਹਿੰਦਾ ਛੋਟਾ ਨਹੀਂ ਮਿਲਿਆ ਯਾਰ ਵੱਡਾ ਵੱਡੇ ਨੂੰ ਯਾਰ ਮੇਰਾ ਮਿਲ ਗਿਆ ਉਹ ਲਿਆ ਸਾਰੇ ਕਮਾਲ ਆ ਜੀ 50 ਬੰਦਿਆਂ ਦੀ ਧਮਕੀ ਦੇ ਪਹਿਲਾਂ ਗੱਡੀ ਫੋੜੀ ਹੈ ਜੀ ਪਿੰਡ ਚ ਉਹਨਾਂ ਨੇ ਛੱਡ ਕੇ ਆਰੀਏ ਫੋੜ ਛੱਡ ਕੇ ਕਿਉਂ ਆਰੀਏ ਫੋੜ ਕਿਸੇ ਦੀ ਮੋਟਰ ਖੋਲ ਕੇ ਲੈ ਜਾਂਦੇ ਨੇ ਕਿਸੇ ਦਾ ਮੋਬਾਈਲ ਖੋਲ ਕੇ ਲੈ ਜਾਂਦੇ ਨੇ ਗੁੰਡਾਗਰਦੀ ਇੰਨੀ ਸਾਡੇ ਪਿੰਡ ਵੱਧ ਗਈ ਏ ਕਿ ਜਿੱਡੀ ਕਹਦੀ ਓਨੀ ਥੋੜੀ ਏ ਸ਼ਰੇ ਆਮ ਸਾਨੂੰ ਧਮਕੀਆਂ ਦੇ ਰਹੇ ਨੇ ਸਾਡੇ ਆਗੂ ਸੀ ਉਹਨਾਂ ਨੂੰ ਜਾ ਕੇ ਧਮਕੀਆਂ ਦੇ ਰਹੇ ਨੇ ਕੱਲ ਨੂੰ ਵੀ ਤੁਸੀਂ ਥਾਣੇ ਜਾਓਗੇ ਤੁਹਾਡੀ ਲੱਤਾਂ ਵੱਢ ਦੇਵਾਂਗੇ ਤੁਹਾਨੂੰ ਬੋਰੀਆਂ 'ਚ ਪਾ ਦਾਂਗੇ गाली गलोच के मेनू धमकियां दित्तियां भी तेनू बट के बोरी च पा के तेनू नहर सुटने वाला काम करा कह सकते सरकार वालों ही खुला भी चक दो बट्टे करो जो बेचना बेचो खुला सारे आम ना धरे हुए वह बंद भी नहीं चक सकते ਵੀਰ ਜੀ ਤੁਸੀਂ ਅੱਜ ਧਰਨਾ ਲਾਇਆ ਕਿਸ ਸੰਬੰਧ ਚ ਲਾਇਆ ਅਸੀਂ ਜੀ ਪਿੰਡ ਮਕੋੜ ਸਾਹਿਬ ਤੋਂ ਆ ਸਾਰਾ ਨਗਰ ਆਇਆ ਹੋਇਆ ਕੋਈ ਪਾਰਟੀ ਬਾਜੀ ਨਹੀਂ ਸਾਰਾ ਨਗਰ ਇੱਕ ਹੋਇਆ ਪਿਆ ਇਸ ਚ ਉਸ ਸਰਾਰਤੀ ਅਨਸਰ ਨਵੇਂ ਜਿਹੜੇ ਹੈਗੇ ਆ ਸਾਡੇ ਕੁਝ ਟਾਈਮ ਤੋਂ ਉਹ ਚੋਰੀਆਂ ਵੀ ਕਰਦੇ ਨੇ ਡਾਕੇ ਵੀ ਮਾਰਦੇ ਨੇ ਪਰਚੇ ਵੀ ਹੋ ਚੁੱਕੇ ਉਹਨਾਂ ਤੇ ਅਸੀਂ ਆਏ ਸੀ ਪਰਸੋਂ ਕਿਉਂਕਿ ਮੇਰੇ ਪਿੰਡ 'ਚ ਵਾਰਦਾਤ ਹੋਈ ਸੀ ਤਾਰਾਂ ਵੱਢਣ ਦੀ ਐਵੇਂ ਹੀ 4-5 ਟਰੇਲੀਆਂ ਲੈ ਕੇ ਅਸੀਂ ਆਏ ਸੀ ਐਸ ਐਚ ਓ ਸਾਹਿਬ ਨੂੰ ਮਿਲੇ ਸੀ ਐਸ ਇਹਨਾਂ ਨੇ ਸਾਨੂੰ ਆਸਵਾਸਨ ਦਿੱਤਾ ਵੀ ਕੱਲ੍ਹ ਨੂੰ ਬੰਦੇ ਅੰਦਰ ਹੋਣਗੇ ਚਲੋ ਠੀਕ ਆ ਅਸੀਂ 4-5 ਕਹਿੰਦੇ ਸਾਰੇ ਬੰਦਿਆਂ ਦਾ ਨਾਂ ਲੈ ਦਿਓ ਅਸੀਂ ਸਾਰੇ ਬੰਦਿਆਂ ਦਾ ਨਾਂ ਇੱਕ ਦਰਖਾਸਤ ਲੈ ਕੇ 400 ਬੰਦਾ ਆਇਆ ਸੀ ਥਾਣੇ ਅਸੀਂ ਦਰਖਾਸਤ ਦਿੱਤੀ ਇਹ ਪੁਲਿਸ ਪਤਾ ਨਹੀਂ ਗਈ ਆ ਨਾ ਗਈ ਆ ਉਹਨਾਂ ਨੂੰ ਦੱਸਣ ਪਤਾ ਨਹੀਂ ਫੋਨ 'ਤੇ ਇਹਨਾਂ ਨੇ ਦੱਸਿਆ ਵੀ ਤੁਹਾਡੇ ਨਾਂ ਇੱਥੇ ਆ ਗਏ ਕੱਲ੍ਹ ਮੈਂ 7 'ਚ ਬੈਠਾ ਸੀ ਪਿੰਡ ਦੇ 40-50 ਬਜ਼ੁਰਗ ਬੈਠੇ ਹੁੰਦੇ ਆ ਗੱਲਾਂ ਬਾਤਾਂ ਮਾਰ ਰਹੇ ਸੀ ਉਹਨਾਂ ਬੰਦਿਆਂ ਨੇ ਨਾਂ ਮੈਨੂੰ ਵੀ ਨਹੀਂ ਪਤਾ ਸੀ ਵੀ ਉਹਨਾਂ ਦਾ ਨਾਂ ਹੈਗਾ ਵਿੱਚ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਉਹਨਾਂ ਨੇ ਮੈਨੂੰ ਆ ਕੇ ਉੱਥੇ ਗਾਲੀ ਗਲੋਚ ਕੀਤੀ ਅਤੇ ਮੈਨੂੰ ਧਮਕੀਆਂ ਦਿੱਤੀਆਂ ਵੀ ਤੈਨੂੰ ਵੱਢ ਕੇ ਬੋਰੀ 'ਚ ਪਾ ਕੇ ਤੈਨੂੰ ਨਹਿਰ 'ਚ ਸੁੱਟਣ ਵਾਲਾ ਕੰਮ ਕਰਾਂਗੇ ਪਹਿਲਾਂ ਅਸੀਂ ਕਰਦੇ ਆਏ ਹਾਂ ਤੂੰ ਵੀ ਵੱਡਾ ਬਦਮਾਸ਼ ਬਣਿਆ ਫਿਰਦਾ ਪਿੰਡ ਦਾ ਮੋਰੀ ਬਣਿਆ ਫਿਰਦਾ ਤੈਨੂੰ ਅਸੀਂ ਬਖਸ਼ਣਾ ਨਹੀਂ ਤੇਰਾ ਕਰ ਦਾਂਗੇ ਤਾਂ ਅਸੀਂ ਉਦੋਂ ਉੱਥੇ ਐਸ ਆਈ ਗਿਆ ਅਸੀਂ ਬੁਲਾਈ ਪੁਲਿਸ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਇਹ ਐਸ ਆਈ ਮਿੱਠੂ ਰਾਮ ਗਿਆ ਉੱਥੇ ਅਤੇ ਉਹਨੇ ਬੰਦਾ ਫੜਿਆ ਵੀ ਸਾਡੇ ਕੋਲ ਜਾ ਕੇ ਉਹ ਘਰੋਂ ਬੰਦਾ ਇੱਕ ਚੱਕ ਲਿਆ ਉਹਨੇ ਸਾਡੇ ਘੱਗਰ ਦਾ ਫੋੜਾ ਉੱਥੇ ਆ ਕੇ ਉਹਨੂੰ ਛੱਡ ਦਿੱਤਾ ਅਸੀਂ ਰਾਤ ਦਰਖਾਸਤ ਦੇ ਗਏ ਇਸ ਗੱਲ ਦੀ ਵੀ ਪਹਿਲੀ ਦਰਖਾਸਤ ਤਾਂ ਵਿੱਚ ਪਈ ਆ ਹਾਲੇ ਚੋਰੀਆਂ ਵਾਲੀ ਰੱਖ ਵਾਲੀ ਹੈ ਤਾਂ ਧਮਕੀਆਂ ਦੇਣ ਲੱਗੇ ਸਾਨੂੰ ਅੰਦਰ ਦਿਨ ਰਾਤ ਫਿਰਦੇ ਹਾਂ ਜੀ ਬਾ ਪਟਿਆਲੇ ਵੀ ਘਰ ਆ ਉੱਥੇ ਜਾਣਾ ਪੈਂਦਾ ਹੋਰ ਵੀ ਆ ਹੁਣ ਇਹਨਾਂ ਦਾ ਕੋਈ ਪਤਾ ਨਹੀਂ ਵੀ ਮੈਂ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਇਹ ਦੋਸ਼ੀ ਠਹਿਰਾ ਰਿਹਾ ਵੀ ਇਹਨਾਂ ਨੇ ਮੈਨੂੰ ਰਲ ਕੇ ਧਮਕੀ ਦਵਾਈ ਆ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਨਾਂ ਦੇ ਗਏ 400 ਬੰਦਾ ਸੀ ਇਕੱਲਾ ਮੈਂ ਨਹੀਂ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਰਾ ਪਿੰਡ ਨੇ ਨਾਂ ਪਾਏ ਉਹਨਾਂ ਦੇ ਮੈਂ ਇਕੱਲਾ ਥੋੜ੍ਹੀ ਜਿਹਾ ਨਾਂ ਪਾਉਣ ਵਾਲਾ ਕੋਈ ਮੇਰਾ ਨਿੱਜੀ ਮਸਲਾ ਨਹੀਂ ਹੈਗਾ ਉਹ ਪਿੰਡ ਦਾ ਮਸਲਾ ਸੀ ਸ਼ਰੇਆਮ ਕੱਲ੍ਹ ਮੈਨੂੰ ਧਮਕੀ ਦਿੱਤੀ ਗਈ ਆ ਅਗਰ ਮੈਨੂੰ ਕੁਛ ਹੋਣ ਦਾ ਕੱਲ੍ਹ ਨੂੰ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗਾ ਹੁਣ ਐਸਐਚਓ ਤੁਹਾਡੇ ਕੋਲੇ ਆਏ ਤੇ ਉਹਦੇ ਬਾਰੇ ਕੀ ਗੱਲ ਹੋਈ ਉਹ ਕਹਿੰਦਾ ਵੀ ਤੁਸੀਂ ਜਾਓ ਘਰ ਨੂੰ ਮੈਂ ਬੰਦੇ ਚੱਕ ਲੂੰਗਾ ਐਂ ਅਸੀਂ ਪਰਸੋਂ ਵੀ ਆਏ ਸੀ ਕੱਲ੍ਹ ਵੀ ਟਾਈਮ ਸੀ ਸਾਨੂੰ ਤਾਂ ਧਮਕੀ ਦਵਾਉਂਦਾ ਪਿੰਡ ਜਾਈਏ ਕੀ ਲੈਣ ਪਿੰਡ ਜਾਈਏ ਕੀ ਲੈਣ ਘਰੇ ਵੀ ਡਰ ਲੱਗ ਰਿਹਾ ਵੜਨ ਨੂੰ ਵੀ ਸਾਲੇ ਉਹਨਾਂ ਦਾ ਪਤਾ ਕੁਛ ਉਹਦਾ ਅਸਲੇ ਲਈ ਫਿਰਦੇ ਨੇ ਨਜਾਇਜ਼ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਤੁਹਾਡਾ ਕੀ ਰੁਖ ਹੋਊਗਾ ਬੈਠੇ ਹਾਂ ਜੀ ਅਸੀਂ ਹੋਰ ਵਾਧਾ ਕਰਾਂਗੇ ਭਾਈਚਾਰੇ ਨੂੰ ਬੁਲਾਵਾਂਗੇ ਆਲੇ ਦਾਲੇ ਦੇ ਪਿੰਡਾਂ ਨੂੰ ਵੀ ਨਾਲ ਲਾਵਾਂਗੇ ਉਪਕਾਰ ਤੱਕ ਗੱਲ ਪਹੁੰਚਾਓ ਸਾਡੀ ਵੀ ਸਾਡੇ ਨਾਲ ਧੱਕਾ ਹੋ ਰਿਹਾ ਕਿਸੇ ਸਰਕਾਰ 'ਚ ਇਹ ਮਸਲੇ ਨਹੀਂ ਸਾਨੂੰ ਵੀ 20 ਸਾਲ ਹੋ ਗਏ ਮੈਂ 2003 'ਚ ਸਰਪੰਚ ਬਣਿਆ ਸੀ ਸ਼ੁਰੂ 'ਚ ਅੱਜ ਤੱਕ ਇਹ ਮਸਲਾ ਨਹੀਂ ਦੇਖਿਆ ਸੀ ਕਦੇ ਕਿਸੇ ਪਿੰਡਾਂ 'ਚ ਲੋਕ ਇਹ ਜਿਹੜੇ ਸਰਾਰਤੀ ਅੰਸਰ ਇਹ ਦੱਬਦੇ ਸੀ ਹੁਣ ਇਹ ਖੁੱਲ੍ਹ ਹੋ ਗਈ ਇਹਨਾਂ ਨੂੰ ਪਤਾ ਨਹੀਂ ਕਿਹਦੇ ਵੱਲੋਂ ਖੁੱਲ੍ਹਾ ਕੀ ਗੱਲ ਆ ਕੀ ਬਾਤ ਸਰਕਾਰ ਦੀ ਖੁੱਲ੍ਹ ਲਾ ਲਿਓ ਆਪਾਂ ਕਹਿ ਸਕਦੇ ਹਾਂ ਸਰਕਾਰ ਵੱਲੋਂ ਹੀ ਖੁੱਲ੍ਹਾ ਵੀ ਚੱਕ ਦੋ ਬੱਟੇ ਕਰੋ ਜੋ ਵੇਚਣਾ ਵੇਚੋ ਖੁੱਲ੍ਹਾ ਸਾਰੇ ਆਮ ਨਾਂ ਧਰੇ ਹੋਏ ਆ ਅਸੀਂ ਉਹ ਬੰਦਿਆਂ ਨੂੰ ਵੀ ਨਹੀਂ ਚੱਕ ਸਕਦੇ ਦੱਸੋ ਪਿੰਡ ਚ ਆਣ ਮਾਰਦੇ ਕੱਲ੍ਹ ਦੇ ਵੜਕਾ ਮਾਰਦੇ ਫਿਰਦੇ ਆ ਵੀ ਆ ਜਿਹੜਾ ਆਉਂਦਾ ਲੋਕ ਰਾਤ ਨੂੰ 7 ਵਜੇ ਅੱਜ ਦਾ ਸਾਡਾ ਤਾਂ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਇਹਨਾਂ ਅੰਸਰਾਂ ਨੂੰ ਨੱਥ ਪਾਈ ਜਾਵੇ ਇਹ ਸਾਨੂੰ 6 ਵਜੇ ਸੁਰੱਖਿਆ ਦਿੱਤੀ ਜਾਵੇ ਵੀ ਕੱਲ ਨੂੰ ਸਾਡੇ ਨਾਲ ਕੋਈ ਇਹਨਾਂ ਨੂੰ ਇਹ ਪਟਨਾ ਨਾ ਰਾਤ ਨੂੰ ਮੋਟਰ ਚਲਾਉਣ ਧਰਨਾ ਲਾਇਆ ਗਿਆ ਥਾਣੇ ਮੂਰੇ ਕਿਸ ਸੰਬੰਧ ਚ ਲਾਇਆ ਇਹ ਬਾਈ ਜੀ ਧਰਨਾ ਤਾਂ ਲਾਇਆ ਗਿਆ ਸਾਡੇ ਪਿੰਡ ਦਾ ਬਹੁਤ ਵਿਚਾਰੇ ਗਰੀਬ ਲੋਕਾਂ ਦੀਆਂ ਘੱਟੋ-ਘੱਟ 50 ਕੇਵਲਾਂ ਲਾਤੀਆਂ ਤੁਰਤ ਵਾਲੀ ਗੱਲ ਹੈ ਜਿਹੜੀ ਹੁਣ ਔਰ ਪਿਛਲੇ ਸਮੇਂ ਤੋਂ ਸਾਡੇ ਜੀਣਾ ਬੰਦ ਹੋਇਆ ਪਿਆ ਹੈ ਕਿਸੇ ਦੀ ਮੋਟਰ ਖੋਲ ਕੇ ਲੈ ਜਾਂਦੇ ਨੇ ਕਿਸੇ ਦਾ ਮੋਬਾਈਲ ਖੋਲ ਕੇ ਲੈ ਜਾਂਦੇ ਨੇ
गुंडागर्दी इन्नी साढ़े पिंड वध गई है कि जिन्नी कहती उन्नी थोड़ी है। और असी वार वार पुलिस को पहला भी कहे परसों भी लिखा के गए हैं, शरेआम सानू धमकियां दे रहे हैं, साढ़े आगू से उन्होंने जाके धमकियां दे रहे हैं, कल भी तुम थाने जाओगे तुम्हारी लत्त वट देंगे, तुम बोरिया च पा देंगे, यानी कि लोड तो वध कर रहे हैं साढ़े से। असी साड़ी मंग यही है कि उन्होंने गुंडिया उन्होंने बंद करके लैके आन, नहीं असं अणमिथे समय वास्ते धरना इतने जा रखा, क्योंकि पुलिस उन्होंने मदद कर रही है। एक कह रहे थे मिठू सिंह ना परसों बंदे फट के लैके आया है, वो राह में ही छड़ आया है। और कमाल की यह गल है भी साढ़े जी जो साढ़े 7 बज जाते हैं शाम को 6 बज जाते हैं और साढ़े मकोरो साल वास्ते साडा करफ्यू लग जाता है, कोई साडा बच्चा बाहर नहीं निकलता। तो अज की गल नहीं, घट्टो घट 2 साल तो गल चल रही है, पिछले हर एक बंदे नूं धमकी दे के बोलिया नहीं, हुण सानूं आगूआं नूं तक धमकी देने लग गए, तो हुण सारे बाहर आए हैं असीं। सो साडी इक्को मंग है थाना पुलिस तो कि उन्होंने बंदे तुरंत लै उन्होंने कार्रवाई की जाए, उन्होंने अंदर जेल सुटिया जाए, उन्होंने बनती कार्रवाई की जाए, नहीं उन्ना चेर साडा लगातार धरना जिहड़ा है, अज्ज तो बंदे थोड़े आए हैं, अब शुरुआत है साडी, लगातार साडा ये जारी रहेगा। अगर नहीं अज्ज कार्रवाई होंगी इस तो अगली कार्रवाई होर ही वड्डी करांगे, साडी ये मंग है भाई जी। मौके ते गए बंदे नूं जे असीं पुछिया उन्हें 3-4 बंदों के नाँ दसे, असी कहा उसनों भी तू साडे तू भी उन्होंने नाल है, वो सानू धमकी दे के आया कहिंदा बदला लूंगा, रस्ते जांदे वारी साडे इट मारी। कित्थों दा जी बंदा? पिंड दा ही सीगा मकोड़ साहब दा। नाँ की है जी उहदा? करन पुत्तर जगिंदर। किन्ने फुट केबल वड्डी गई है? ये 3-4 दिन की गल है, 3-4 दिन तो इत्थे रबट लगाई हुई है। केबल किन्ने फुट वड्डी गई सी? 70 फुट जी। किन्ने घरां दी है लगभग? ये 20 मोटरां दी है, वो जेड़े जिन्ना जिन्ना दी हैगी 70 फुट मेरे कल्ले दी है। एक गैस सिलेंडर बाकी होर समान पिया सी जेड़ा कीमती, कोई स्प्रे पंप वगैरह वो सब गायब ने उत्थों। साहब तुसीं अज धरना लाया है थाने मूहरे, किस संबंध च लाया गया? साढ़े पिंड दे विच चोरियां बहुत हो रही ने, ट्रांसफार्मर तों तेल कढ़िया जा रहा, केबलां वड्डियां जा रही ने, तो बंदियां नूं सरेआम धमकियां दित्तियां जांदियां ने। जिहड़े पिंड च आगू ने जे उन्हां ने कहता भी तुसीं आपदा सुधर जो जां शक दे आधार ते असीं परसों रपट दे के गए सी थाने मुणक चुरे, तो उन्हां नूं कहा सी शक दे आधार ते असीं इनकुआरी वास्ते बंदियां दे नाम लिखा गए सी भी सानूं इन्हां ते शक है, तो थाना मुणक दे बंदे मुलाजम उत्थे जा के गेड़ा मार के आ जांदे ने, उन्हां नूं अरैसट नहीं कर रहे। ये भी पता लग्या भी कहिंदे इक ठा के भी पुलते भी छड्ड दित्ते जांदे ने, तो कल किसी बंद सरेआम साडा सरपंच हरमेल सिंह इस सरेआम जानों मारन दी धमकियां दे के गए ने, जिहड़ा साडे खिलाफ असी कहने भी इन्हों के खिलाफ सख्त तो सख्त कार्रवाई की जाए। जेकर कोई कार्रवाई नहीं की जाती तो धरना साडा एवं जारी हो। मोहतमर बंदे सारे की गल सुन ली, सारा प्रशासन पुलिस प्रशासन थोड़े नाल हूँ भी बंदे भेजे हुए हैं, तो जी पिंड बदमाशी या जिनी भी शिकायत हैगी है कोई मतलब गैंग बनाने वाली गल हैगी भी मतलब असी ये कर देंगे वो कर देंगे, वो सारी गल मेरे ध्यान दे विच आ गई, असी उन्हां ते कार्रवाई भी करांगे। तो यह भी तुहानू मतलब विश्वास दवाना भी जिहड़ी 1% भी तुहानू जे इह लगदी है गल भी कोई गैंग वाला कोई तुहाडा नुकसान कर दूगा होर कर दूगा, वो चीज़ तो तुसीं बिल्कुल निश्चिंत हो जाओ, ठीक है ना। ये साडी जिम्मेवारी है भी असीं उन्हां नूं किवें टैकल करना, हो गया बंद हो गया वो बंद होऊगा, ठीक है ना। पिंड दे विच जे तुहानूं किसी नूं भी यह लगता है भी इस टाइम फलाना बंदा उत्थे हो सकता है, तुसीं अपने किसी भी बंदे दे थ्रू साडे तक मैसेज पहुँचा दिओ, असीं आपे उत्थे वो तो बाद जो करना है उन्हां नूं किवें नत्थ पाउणी है बदमाशी नूं असीं आप देखदे, ठीक है जी। तकलीफ है जी पिंड दुखी है, तां सारी मैनूं गल पता लग गई, तां ही मैं तुहाडे कोल आ के विश्वास दवा रहा हां। बहुत तंग है जी पिंड, ठीक है ना, मैनूं पता तंग है, ठीक है ना। एक अद्धा बंदा उन्हां चों पहलां असीं फड़िया भी सीगा, ठीक है ना, पर बाद च नहीं नहीं वो नहीं पहलां दी गल है, खनौरी बच्चा, ठीक है। तो बाद च चलो जिहड़ी हैगी है मदई दा खड़ना जरूरी हुंदा नाल, इह तुहानूं पता ही है, हुण जिहड़ा मुकदमा उह तां साडे नाल खड़ूगा तां ही खड़ांगे ना, सानूं टाइम दिओ जी। जी कोई पिंड दे विचों तुहाड़े चों हुण तुसीं आप कह रहे हो भी सौं खा के आए हैं भी माड़े बंदे दे मगर नहीं आउंदे, चंगी गल, सानूं तां इह चीज़ दा सगों वधिया गल है, एक मता पिंड दे विच पै जाए भी आह काम असीं करना नहीं, भी क्रिमिनल बंदा उहदे मगर असीं जाणा नहीं, असीं तां कहिंदे आ असीं तां मते पिंडां च जा के लोकां नूं हत्थ जोड़ के मता पवाउंदे आ लोकां तों भी तुसीं मता पाओ भी माड़े बंदे दे इह जिहे बंदे दे मगर नहीं जावांगे, जे तुसीं आप ही रेजोल्यूशन पा के आए हो वधिया गल। इह गल तां असीं इक विश्वास दिओ ना, मैं उही तां कह रहा उही कर रहा कार्रवाई करांगे, किसी ने बच्चे मारने अपने नेम तों करके आए आपां सारे, हुण जिहड़ा पहलां होगा उहनूं छड्डो हुण नवें तरीके नाल धमकियां भी देण लग गए ना। मैं सारी जिहड़ी जिन्नी
जिन्नी इंच कार्रवाई बनती है, जिन्नी कार्रवाई बनती है सारी करांगे, वो मैं उन्होंने दस्सां।